ਦਾ ਟੈਲੈਂਟਡ ਤੇ ਟੌਰੀ ਗੱਭਰੂ, ਹਰ ਕੰਮ ਦੇ ਵਿੱਚ ਮੋਰੀ ਗੱਭਰੂ, ਹਰ ਹਿੱਲੇ ਦੇਖਦੇ ਨੇ ਸਿਰਫ ਇੱਕੋ ਖੁਆਬ ਕਿ ਮੈਂ ਬਣਨਾ ਹੈ ਜੀ ਮਿਸਟਰ ਪੰਜਾਬ। ਦੋਸਤੋ, ਮੁਕਾਬਲਾ ਜਿਵੇਂ ਜਿਵੇਂ ਅੱਗੇ ਵੱਧਦਾ ਜਾ ਰਿਹਾ ਹੈ ਹੋਰ ਇੰਟਰਸਟਿੰਗ ਹੁੰਦਾ ਜਾ ਰਿਹਾ ਹੈ। ਭਾਅ ਜੀ, ਅੱਜ ਬੜਾ ਅਹਿਮ ਐਪੀਸੋਡ ਹੈਗਾ, ਡੇਂਜਰ ਜ਼ੋਨ ਦਾ ਐਪੀਸੋਡ। ਸੋ ਕੀ ਲੱਗਦਾ ਕਿ ਵੀ ਮੁੰਡੇ ਕਿੱਦਾਂ ਦਾ ਪਰਫੋਰਮ ਕਰਨਗੇ, ਤੁਹਾਡੀਆਂ ਕੀ ਉਮੀਦਾਂ ਨੇ ਅੱਜ? ਜਿਹਦਾ ਨਾਂ ਹੀ ਡੇਂਜਰ ਜ਼ੋਨ ਹੈ। ਹਾਂਜੀ, ਅਤੇ ਉਹ 'ਚ ਪਰਫੋਰਮੈਂਸ ਵੀ ਖਤਰੇ ਤੋਂ ਉੱਤੇ ਦੀ ਹੋਣੀ ਚਾਹੀਦੀ ਹੈ। ਮੇ ਦਾ ਬੈਸਟ ਪਰਸਨ ਗੋ ਅਹੈਡ ਅਤੇ ਬਾਕੀ ਘਰ ਵਾਪਸੀ। ਮੈਨੂੰ ਵੀ ਇਹ ਲੱਗਦਾ ਕਿ ਜਿਹੜਾ ਸਟੇਜ ਹੈ ਇਹ ਬਹੁਤ ਵਾਰ ਸਾਥ ਦਿੰਦਾ, ਬਹੁਤ ਵਾਰ ਨਹੀਂ ਦਿੰਦਾ। ਹਾਂਜੀ, ਅੱਜ ਕਿਹਦਾ ਸਾਥ ਦਿੰਦੀ ਹੈ ਸਟੇਜ, ਉਹ ਦੇਖਦੇ ਹਾਂ। ਪਲੀਜ਼ ਵੈਲਕਮ ਪ੍ਰੀਤ ਕਮਲ। ਸੋ ਲਓ ਜੀ, ਕਰਦੇ ਹਾਂ ਸ਼ੁਰੂਆਤ ਸਾਡੇ ਇਸ ਖਾਸ ਰਾਊਂਡ ਦੀ, ਜਿਹਦਾ ਨਾਮ ਹੈ ਜੀ ਡਾਂਸ ਰਾਊਂਡ। ਤੇ ਸਭ ਤੋਂ ਪਹਿਲਾਂ ਬੁਲਾਉਂਦੇ ਹਾਂ ਵੈਰੀ ਜੁੱਤੀ ਤੋਂ ਮਿੱਟੀ ਦੇ ਵਾਂਗੂ ਝਾੜ ਕੇ ਰੱਖੀ ਦੇ, ਰਾਜੀ ਨਾਵਿਆਂ ਦੇ ਕਾਗਜ਼ ਵੀ ਪਾੜ ਕੇ ਰੱਖੀ ਦੇ। ਰਮਨ, ਤੁਸੀਂ ਇੱਕ ਸਟੈਪ ਕਰ ਰਹੇ ਸੀ, ਗਰਦਨ ਹਿਲਾ ਹਿਲਾ ਕੇ ਇੱਥੇ ਆ ਰਹੇ ਸੀ, ਉਹ ਮੈਨੂੰ ਬਹੁਤ ਮਜ਼ਾ ਆ ਰਿਹਾ ਸੀ ਦੇਖਿਆ। ਕਿੱਡੀ ਜਿਲਤ ਮਾਰ ਕੇ ਨਾ, ਹਾਂ ਬਹੁਤ ਸੋਹਣਾ ਕਰਦਾ, ਕਿਵੇਂ ਕਰਦਾ ਰਮਨ? ਇਹ ਅੱਛਾ ਅੱਛਾ, ਬਾਕੀ ਬਹੁਤ ਸੋਹਣਾ ਸੀ ਦੋਨਾਂ ਦਾ। ਮੁੰਡਿਓ ਤਿਆਰੀ ਹੈ, ਡੇਂਜਰ ਜ਼ੋਨ ਹੈ ਅਤੇ ਟਾਸਕ ਵੀ ਆਪਾਂ ਚੁਣ ਕੇ ਰੱਖਿਆ। ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਧਿਆਨ ਦੇਖਣ ਨੂੰ ਬਹੁਤ ਸੋਹਣਾ ਲੱਗਾ। ਸੋਹਣਾ ਕਿ ਸੌਖਾ? ਹੈਲੋ, ਸੋਹਣਾ ਜਾਂ ਸੌਖਾ? ਸੌਖਾ ਸਰ। ਹਾਂ, ਬਾਰਾਂ ਜਦੋਂ ਪਾਇਆ ਫੇ ਪਤਾ ਲੱਗਾ ਕੀ ਚੀਜ਼ ਆ। ਸੂਰਜ, ਯੋਰ ਟਾਈਮ ਸਟਾਰਟਸ ਨਾਓ, ਸ਼ੁਰੂ ਹੋ ਜਾ। ਤੈਨੂੰ ਕਿਹਾ ਜ਼ਿਆਦਾ ਥੱਲੇ ਨਾ ਜਾ, ਬਸ ਵਾਪਸ ਕਰ, ਬਸ ਇੱਕ ਤਾਵਾ ਗੰਡ ਮਾਰ। ਨੌ, ਇੱਕ ਮਿੰਟ ਰਹਿ ਗਿਆ, ਬਾਰਾਂ। ਆਈ ਐਮ ਨੋਟ ਹੈਪੀ ਵਿਦ ਯੂ। ਬਹੁਤ ਡਿੱਗ ਡਿੱਗ ਕੇ, ਰਿੜ ਰਿੜ ਕੇ, ਮਤਲਬ ਐਂ ਲੱਗਦਾ ਸੀ ਜਿਵੇਂ ਕੋਈ 60 ਸਾਲ ਦੇ ਬਜ਼ੁਰਗ ਨੂੰ ਅਸੀਂ ਸਾਂਭ ਰਹੇ ਹਾਂ। ਨੀਡ ਟੂ ਵਰਕ ਹਾਰਡ, ਮੇਨ ਗੱਲ ਸੀ ਫੋਕਸ ਦੀ। ਯੂ ਆਰ ਡੂਇੰਗ ਵੈਰੀ ਵੈਲ, ਜਿੱਥੋਂ ਫੋਕਸ ਹਟਿਆ ਬੈਗ ਇੱਧਰ ਬੈਗ ਉੱਧਰ, ਤੂੰ 30 ਤੱਕ ਲਾ ਸਕਦਾ ਸੀ। ਪੰਜਾਬੀ ਦਾ ਫਿਰ ਪਹਿਲਾ ਨਾਟਕ ਕਿਹੜਾ ਸੀ ਜਿਹੜਾ ਖੇਡਿਆ ਗਿਆ ਸੀ, ਕਿੰਨੇ ਲਿਖਿਆ ਸੀ? ਨਹੀਂ ਸਰ, ਯਾਰ ਤੁਸੀਂ ਇੰਨੀਆਂ ਸੋਹਣੀਆਂ ਗੱਲਾਂ ਕਰਦੇ, ਮੈਨੂੰ ਤਾਂ ਲੱਗਿਆ ਇਹ ਤਾਂ ਤੁਹਾਡੇ ਲਈ ਇਹੋ ਜਿਹਾ ਸਵਾਲ ਹੋਊਗਾ। ਮੈਂ ਤਾਂ ਤੁਹਾਨੂੰ ਪਸੰਦ ਕਰਦਾ, ਤਾਂ ਕਰਕੇ ਸੌਖਾ ਸਵਾਲ ਪੁੱਛਿਆ ਸੀ। ਆਜ਼ਾਦੀ ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਕਿਹੜੀ ਸੀ? ਇੱਕ ਜਦੋਂ ਇੰਡੀਆ ਪਾਕਿਸਤਾਨ ਇਕੱਠੇ ਸੀਗਾ, ਪੰਜਾਬੀ ਫਿਲਮਾਂ ਦਾ ਦੌਰ ਕਾਫੀ ਦੇਰ ਤੋਂ ਚੱਲਦਾ। ਮਨਮੋਹਨ ਸਿੰਘ ਜੀ ਨੇ ਆ ਕੇ ਫਿਰ ਬਹੁਤ ਅਪ ਲੈਵਲ 'ਤੇ ਫਿਲਮਾਂ ਪਹੁੰਚਾਈਆਂ ਸਾਡੀਆਂ, ਅਤੇ ਉਹਨਾਂ ਨੇ ਬਹੁਤ ਅੱਛੀਆਂ ਅੱਛੀਆਂ ਫਿਲਮਾਂ ਕੀਤੀਆਂ ਜਦੋਂ ਹੁਣ ਦੁਬਾਰਾ ਪੰਜਾਬੀ ਫਿਲਮਾਂ ਦਾ ਦੌਰ ਬਹੁਤ ਜ਼ੋਰ 'ਤੇ ਸ਼ੁਰੂ ਹੋਇਆ। ਅਤੇ ਉਹਨਾਂ ਦਿਨਾਂ 'ਚ 5 ਫਿਲਮਾਂ ਉਹਨਾਂ ਦੀਆਂ ਕੋਈ ਵੀ ਗਿਣਦੇ ਹੋ। ਸੋ ਹੁਣ ਵੇਲਾ ਹੈ ਜੀ ਘਰ ਵਾਪਸੀ ਦਾ, ਯਾਨੀ ਐਲੀਮੀਨੇਸ਼ਨ ਦਾ। ਸੋ ਜੱਜਿਸ, ਪਹਿਲੀ ਵਾਰ ਮਿਸਟਰ ਪੰਜਾਬ 2018 ਦੇ ਮੰਚ ਦੇ ਉੱਪਰ ਐਲੀਮੀਨੇਸ਼ਨ ਹੋਣ ਜਾ ਰਿਹਾ ਜੀ,